ਪਾਕਿਸਤਾਨ ਤੋਂ ਪਾਕਿਸਤਾਨ ਨੇ ਈਰਾਨ 'ਤੇ ਏਅਰ ਸਟ੍ਰਾਈਕ ਕੀਤੀ ਹੈ। ਦੋਹਾਂ ਮੁਲਕਾਂ ਦੇ ਵਿੱਚ ਟੈਂਸ ਸਿਚੁਏਸ਼ਨ ਬਣੀ ਹੋਈ ਹੈ, ਤਲਖੀਆਂ ਬਰਕਰਾਰ ਨੇ। ਈਰਾਨ 'ਤੇ ਹਮਲਾ ਪਾਕਿਸਤਾਨ ਨੇ ਕਰ ਦਿੱਤਾ ਹੈ। ਈਰਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਪਾਕਿਸਤਾਨ ਦੀ ਸਰਕਾਰ ਦੇ ਇਸ਼ਾਰੇ 'ਤੇ ਹੋਈ ਹੈ। ਪਾਕਿਸਤਾਨ ਮੀਡੀਆ ਹਾਊਸਿਸ ਦੇ ਸੋਰਸਿਸ ਤੋਂ ਵੱਡੀ ਇਨਫੋਰਮੇਸ਼ਨ ਆ ਰਹੀ ਹੈ ਕਿ ਈਰਾਨ ਉੱਤੇ ਹਮਲਾ ਪਾਕਿਸਤਾਨ ਵੱਲੋਂ ਕਰ ਦਿੱਤਾ ਗਿਆ ਹੈ। ਈਰਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਕੀਤੀ ਗਈ ਹੈ। ਮੀਡੀਆ ਹਾਊਸਿਸ ਪਾਕਿਸਤਾਨ ਦੇ ਜਾਣਕਾਰੀ ਦੇ ਰਹੇ ਹੈ ਕਿ ਇਸ ਵੱਡੀ ਅਪਡੇਟ 'ਤੇ ਪਾਕਿਸਤਾਨ ਦੇ ਵੱਲੋਂ ਈਰਾਨ 'ਤੇ ਹਮਲਾ ਕਿਉਂ ਕੀਤਾ ਗਿਆ। ਸਭ ਤੋਂ ਵੱਡੀਆਂ ਗੱਲਾਂ ਇਹੀ ਨੇ ਕਿ ਦੋਹਾਂ ਮੁਲਕਾਂ ਦੇ ਵਿੱਚ ਇੱਕ ਟੈਂਸ ਸਿਚੁਏਸ਼ਨ ਜਿਹੜੀ ਬਣੀ ਹੋਈ ਹੈ, ਬੰਕਰ ਜਿਹੜੇ ਆ ਉਹ ਪਾਕਿਸਤਾਨ ਦੇ ਵੱਲੋਂ ਉਹ ਢਾ ਦਿੱਤੇ ਗਏ ਹੈ। ਤਾਂ ਈਰਾਨ ਵਰਸਿਸ ਪਾਕਿਸਤਾਨ ਦੇ ਦਰਮਿਆਨ ਸਭ ਤੋਂ ਵੱਡੀ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਮਲਟੀਪਲ ਜਿਹੜੀਆਂ ਸਟ੍ਰਾਈਕਸ ਕੀਤੀਆਂ ਗਈਆਂ, ਯਾਨੀ ਕਿ ਇੱਕ ਤੋਂ ਵੱਧ ਜਿਹੜੇ ਹਮਲੇ ਕੀਤੇ ਗਏ ਹੈ ਵਾਇਆ ਡਰੋਨ ਕੀਤੇ ਗਏ ਹੈ। ਤਾਂ ਇੱਕ ਹੋਰ ਵੱਡੀ ਇਨਫੋਰਮੇਸ਼ਨ ਆ ਰਹੀ ਹੈ ਕਿ ਪਾਕਿਸਤਾਨੀ ਮੀਡੀਆ ਸੋਰਸਿਸ ਇਸ ਦੀ ਜਾਣਕਾਰੀ ਦੇ ਰਿਹਾ ਕਿ ਬਲੋਚਿਸਤਾਨ ਜਿਹੜਾ ਕੇਂਦਰ ਰਿਹਾ, ਬਲੋਚ ਅਟੈਕ ਦਾ ਕੇਂਦਰ ਰਿਹਾ, ਜਿੱਥੇ ਕਿ ਈਰਾਨ 'ਤੇ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ। ਇਸ ਤਰੀਕੇ ਦੀ ਏਅਰ ਸਟ੍ਰਾਈਕ ਕਰਨਾ ਇਸਦੇ ਵੱਡੇ ਮਾਇਨੇ ਨੇ। ਇੱਕ ਵਾਰ ਮੁੜ ਤੋਂ ਦੱਸ ਦਈਏ ਤਾਂ ਇੱਕ ਦਿਨ ਬਾਅਦ ਜਿਹੜਾ ਤਾਂ ਈਰਾਨ ਨੇ ਵੀ ਜਿਹੜਾ ਏਅਰ ਸਟ੍ਰਾਈਕ ਜਿਹੜਾ ਉਹ ਲਾਂਚ ਕੀਤਾ ਸੀ, ਜਿਹਦੇ ਵਿੱਚ ਕੁਛ ਜਿਹਾਦੀ ਗਰੁੱਪ ਸੀ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਬੈਠੇ ਸੀ, ਇਸਲਾਮਾਬਾਦ ਉਹਨਾਂ ਦਾ ਜਿਹੜਾ ਕੇਂਦਰ ਰਿਹਾ। ਦੂਜੇ ਪਾਸੇ ਇੱਕ ਮਲਟੀਪਲ ਜਿਹੜੀ ਸਟ੍ਰਾਈਕ ਕੀਤੀ ਗਈ ਆ ਉਹ ਈਰਾਨ ਦੇ ਅੰਦਰ ਕੀਤੀ ਗਈ ਹੈ। ਸੋਰਸਿਸ ਇਸ ਚੀਜ਼ ਦੀ ਇਨਫੋਰਮੇਸ਼ਨ ਦੇ ਰਹੇ ਹੈ ਕਿ ਈਰਾਨ 'ਤੇ ਹਮਲਾ ਜਿਹੜਾ ਏਅਰ ਸਟ੍ਰਾਈਕ ਕੀਤੀ ਗਈ, ਏਅਰ ਸਟ੍ਰਾਈਕ ਤੋਂ ਭਾਵ ਹੈ ਕਿ ਲੜਾਕੂ ਜਹਾਜ਼ ਜਿਹੜੇ ਹੈ ਉਹ ਕਿਸ ਤਰੀਕੇ ਦੇ ਨਾਲ ਹਮਲਾ ਕਰ ਰਹੇ ਹੋਣਗੇ। ਵਾਇਆ ਡਰੋਨ ਅਟੈਕ ਜਿਹੜੇ ਉਹ ਪਾਕਿਸਤਾਨ ਵੱਲੋਂ ਕੀਤੇ ਗਏ ਹੈ।